ਬੁਲਾਓ ਕੋਈ ਨੀ ਹਰਕਤ ਕਰੂਗਾ ਸੈੱਟ ਇਹਦੇ ਬਾਈ ਪੌਣਾ ਘੰਟਾ ਹੋ ਗਿਆ ਬੱਸ ਵਾਲਾ ਅਸੀਂ ਲੱਭਣ ਗਏ ਡਰਾਈਵਰ ਕੰਡਕਟਰ ਸੀ ਉਹ ਲਿਆਉਂਦਾ ਭਈਆਂ ਦੇ ਕੁਆਟਰਾਂ ਚੋਂ ਲੇਡੀਜ਼ ਨਾਲ ਛੇੜਖਾਨੀ ਕਰਕੇ ਉੱਥੇ ਜਦੋਂ ਬੱਸ ਥੋੜੀ ਹੌਲੀ ਹੋਈ ਛਾਲ ਮਾਰ ਗਿਆ ਉਹਨਾਂ ਨੇ ਬਾਪੂ ਜੀ ਨਾਲ ਸੀਗੇ ਉਹਨਾਂ ਦੇ ਲੇਡੀਜ਼ ਦੇ ਇਹਨਾਂ ਨੇ ਫੜਨ ਦੀ ਕੋਈ ਭੱਜੀ ਜਾਂਦੀ ਬਾਅਦ ਚੋਂ ਛਾਲ ਮਾਰ ਗਿਆ ਜੋ ਰੌਲਾ ਪਿਆ ਵੀ ਅਸੀਂ ਪੁੱਛਿਆ ਵੀ ਕੀਵਾ ਕਹਿੰਦੇ ਜਦ ਛੇੜਖਾਨੀ ਕਰ ਗਿਆ ਅਸੀਂ ਇਹਦੇ ਮਗਰ ਲੱਗੇ ਉਹ ਜਾ ਕੇ ਪਰਾਂ ਭਈਆਂ ਦੇ ਕੁਆਟਰਾਂ ਚ ਲੁਕਿਆ ਬੜੀ ਮੁਸ਼ਕਿਲ ਨਾਲ ਲੱਭ ਕੇ ਲੈ ਕੇ ਆਏ ਅਸੀਂ ਵੀ ਤਾਂ ਕਿ ਇਹਨੂੰ ਸਬਕ ਸਿਖਾਈਏ ਅੱਗੇ ਨੂੰ ਕਿਸੇ ਦੀ ਧੀ ਭੈਣ ਨੂੰ ਇੱਦਾਂ ਹਰਕਤ ਨਹੀਂ ਸਾਡੀ ਇਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ ਹੁਣ ਜੀ ਇਹਦਾ ਕੀ ਕਰਨ ਲੱਗੇ ਤੁਸੀਂ ਅਸੀਂ ਇਹਨੂੰ ਥਾਣੇ ਦੇਵਾਂਗੇ ਜੀ ਬੱਸ ਸਟੈਂਡ ਲੈ ਜਾਂਦੇ ਆ ਸ਼ੇਰਪੁਰ ਦੇ ਇੱਥੇ ਸ਼ੇਰਪੁਰ ਦੇ ਸੰਬੰਧ ਇਹਦਾ ਫੇਸ ਚੱਕੀ ਬਾਈ ਇੱਕ ਮਿੰਟ ਰਾਹ ਦੇ ਦਿਓ ਬੁਲਾਓ ਕੋਈ ਨੀ ਹਰਕਤ ਕਰੂਗਾ ਸੈੱਟ ਇਹਦੇ ਬਾਈ ਪੌਣਾ ਘੰਟਾ ਹੋ ਗਿਆ ਬੱਸ ਵਾਲਾ ਅਸੀਂ ਲੱਭਣ ਗਏ ਡਰਾਈਵਰ ਕੰਡਕਟਰ ਸੀ ਉਹ ਲਿਆਉਂਦਾ ਭਈਆਂ ਦੇ ਕੁਆਟਰਾਂ ਚੋਂ ਬੱਸ ਦੇ ਵਿੱਚ ਛੇੜਖਾਨੀ ਕਰਦਾ ਸੀਗਾ ਛਾਲ ਮਾਰੀ ਪਰਲੇ ਪਾਸੇ ਕੀ ਸੀਗਾ ਜੀ ਇਹ ਬੱਸ ਦੇ ਵਿੱਚ ਲੇਡੀਜ਼ ਨਾਲ ਛੇੜਖਾਨੀ ਕਰਕੇ ਉੱਥੇ ਜਦੋਂ ਬੱਸ ਥੋੜੀ ਹੌਲੀ ਹੋਈ ਛਾਲ ਮਾਰ ਗਿਆ ਉਹਨਾਂ ਨੇ ਬਾਪੂ ਜੀ ਨਾਲ ਸੀਗੇ ਉਹਨਾਂ ਦੇ ਲੇਡੀਜ਼ ਦੇ ਇਹਨਾਂ ਨੇ ਫੜਨ ਦੀ ਕੋਈ ਭੱਜੀ ਜਾਂਦੀ ਬਾਅਦ ਚੋਂ ਛਾਲ ਮਾਰ ਗਿਆ ਜੋ ਰੌਲਾ ਪਿਆ ਵੀ ਅਸੀਂ ਪੁੱਛਿਆ ਵੀ ਕੀਵਾ ਕਹਿੰਦੇ ਜਦ ਛੇੜਖਾਨੀ ਕਰ ਗਿਆ ਅਸੀਂ ਇਹਦੇ ਮਗਰ ਲੱਗੇ ਉਹ ਜਾ ਕੇ ਪਰਾਂ ਭਈਆਂ ਦੇ ਕੁਆਟਰਾਂ ਚ ਲੁਕਿਆ ਬੜੀ ਮੁਸ਼ਕਿਲ ਨਾਲ ਲੱਭ ਕੇ ਲੈ ਕੇ ਆਏ ਅਸੀਂ ਵੀ ਤਾਂ ਕਿ ਇਹਨੂੰ ਸਬਕ ਸਿਖਾਈਏ ਅੱਗੇ ਨੂੰ ਕਿਸੇ ਦੀ ਧੀ ਭੈਣ ਨੂੰ ਇੱਦਾਂ ਹਰਕਤ ਨਹੀਂ ਸਾਡੀ ਇਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ ਹੁਣ ਜੀ ਇਹਦਾ ਕੀ ਕਰਨ ਲੱਗੇ ਤੁਸੀਂ ਅਸੀਂ ਇਹਨੂੰ ਥਾਣੇ ਦੇਵਾਂਗੇ ਜੀ ਬੱਸ ਸਟੈਂਡ ਲੈ ਜਾਂਦੇ ਆ ਸ਼ੇਰਪੁਰ ਦੇ ਇੱਥੇ ਸ਼ੇਰਪੁਰ ਦੇ ਸੰਬੰਧ ਇਹਦਾ ਫੇਸ ਚੱਕੀ ਬਾਈ ਇੱਕ ਮਿੰਟ ਰਾਹ ਦੇ ਦਿਓ ਫੜ ਲਓ।